हां जी दोस्तों ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਬੇहद ਦੁਖਦ ਘਟਨਾ ਨੇ ਸਾਡਾ ਸਿੱਧੂ ਬਾਈ ਸਾਡੇ ਤੋਂ ਦੂਰ ਕਰ ਦਿੱਤਾ ਹੈ। ਕੱਲ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਐਡਿਟ ਕੀਤੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਨੂੰ ਕਰਨ ਔਇਲਾ ਦੇ ਮਾਤਾ ਪਿਤਾ ਨਾਲ ਤੇ ਕਰਨ ਔਇਲਾ ਨੂੰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨਾਲ ਦਿਖਾਇਆ ਗਿਆ ਹੈ ਤੇ ਲਿਖਿਆ ਗਿਆ ਹੈ ਕਿ ਬਾਈ ਖਿਆਲ ਰੱਖੀ ਬੇਬੇ ਬਾਪੂ ਦਾ। ਕੌਰ ਬੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਉਹ ਵਾਹਿਗੁਰੂ ਕੰਬ ਗਈ ਮੈਂ ਇਹ ਐਡਿਟ ਦੇਖ ਕੇ ਜੇਕਰ ਪੋਸੀਬਲ ਹੋਵੇ ਤਾਂ ਇੱਕ ਦਿਨ ਕਰਨ ਜਰੂਰ ਮਿਲਿਓ ਮਾਪਿਓ ਦਾ ਪੁੱਤ ਬਣ ਕੇ ਕੌਰ ਵੀ ਆਪਣੀ ਇਸ ਪੋਸਟ ਵਿੱਚ ਕਰਨ ਔਜਲਾ ਨੂੰ ਇਹ ਅਪੀਲ ਕਰ ਰਹੀ ਹੈ ਕਿ ਕਰਨ ਔਜਲਾ ਜਦੋਂ ਵੀ ਇੰਡੀਆ ਆਵੇ ਤਾਂ ਉਹ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਜਰੂਰ ਮਿਲੇ ਕਿਉਂਕਿ ਇੱਕ ਦਿਨ ਪਹਿਲਾਂ ਕਰਨ ਔਜਲਾ ਨੇ ਵੀ ਕਾਫੀ ਭਾਵੁਕ ਹੋ ਕੇ ਬਿਆਨ ਦਿੱਤਾ ਸੀ ਕਿ ਉਸ ਦਾ ਸਭ ਕੁਝ ਛੱਡਣ ਨੂੰ ਦਿਲ ਕਰ ਰਿਹਾ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਤੇ ਦੋਸਤੋ ਲੱਗਦਾ ਤਾਂ ਇਹੀ ਹੈ ਕਿ ਕਰਨ ਓਇਲਾ ਜਦੋਂ ਵੀ ਕੈਨੇਡਾ ਤੋਂ ਵਾਪਸ ਆਵੇਗਾ ਤਾਂ ਉਹ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਜਰੂਰ ਮਿਲੇਗਾ